अखबार हाजिर है। ब्रेक तो बाद एक बार फिर तुहाडा सब दा बहुत बहुत स्वागत है प्रोग्राम अखबार हाजिर है दे विच जिथे असीं अखबारां दीआं सुरखियां ते विस्तार दे नाल गलबात कर रहे हैं। सर अगली खबर दा रुख करदे हैगे आ, खबर बहुत रिलेटेड जी हैगी है, काफ़ी सारी गल्लां आपां या काफ़ी सारी खबरां इस तरह दीआं पढ़दे हुंदे आ जिहड़ी करतारपुर कोरीडोर नाल संबंधित हुंदीआं ने, जिहड़ी पाकिस्तान तों संबंधित हुंदीआं ने, जिहड़ी खासकर नवजोत सिंह सिद्धू नाल संबंधित हुंदी। इह खबर भी कुछ इहो जी हैगी है सर, बीजेपी दा रुख जदों भी आपां पाकिस्तान वल देखदे आ या फिर नवजोत सिद्धू वल देखदे आ ना, तो उह हमेशा कुछ ना कुछ तिखे शब्दी वार जिहड़े हैगे उह नवजोत सिंह सिद्धू ते करदे खास करके पाकिस्तान नूं लै के। हुण बीजेपी दे लीडर जिहड़े तरुण चुग है उहनां दा बयान आया, उहनां ने कहा कि सिद्धू जिहड़े हैगे स्लीपर सैल है, ਉਹਨਾਂ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ, ਬਲਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਨਰਲ ਬਾਜਵਾ ਨੂੰ ਜੱਫੀ ਪਾਈ, ਜਿਸ ਤਰ੍ਹਾਂ ਦੇ ਨਾਲ ਉਹ ਪਾਕਿਸਤਾਨ ਦਾ ਗੁਣਗਾਨ ਕਰਦੇ ਨੇ, ਉਹ ਉਸ ਦੇ ਹਿਸਾਬ ਨਾਲ ਲੱਗਦਾ ਹੈ ਕਿ ਉਹਨਾਂ ਦਾ ਇੱਥੇ ਕੋਈ ਕੰਮ ਨਹੀਂ, ਉਹਨਾਂ ਨੂੰ ਪਾਕਿਸਤਾਨ ਜਾ ਕੇ ਹੀ ਉੱਥੇ ਹੀ ਵਸ ਜਾਣਾ ਚਾਹੀਦਾ। ਸਰ ਕੀ ਲੱਗਦਾ ਹੈ ਕਿਉਂ ਬੀਜੇਪੀ ਇੰਨੀ ਨਵਜੋਤ ਸਿੰਘ ਸਿੱਧੂ 'ਤੇ ਇਸ ਤਰ੍ਹਾਂ ਦੀਆਂ ਵਾਰ ਵਾਰ ਟਿੱਕਾ ਟਿੱਪਣੀਆਂ ਕਰਦੀਆਂ ਨੇ, ਜਦੋਂ ਕਿ ਮੈਨੂੰ ਨਹੀਂ ਲੱਗਦਾ ਜਾਂ ਕਿਸੇ ਨੂੰ ਵੀ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਸਿੱਧੂ ਨੇ ਕੁਛ ਵੀ ਕੀਤਾ ਹੋਊਗਾ ਉਹਨਾਂ ਦਾ ਗੁਣਗਾਨ ਕਰਕੇ ਉੱਥੇ ਜਾ ਕੇ ਜਾਂ ਕੁਛ ਵੀ ਇਸ ਤਰ੍ਹਾਂ ਦਾ ਕਰਕੇ ਵੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਵਾਰ ਵਾਰ ਟਿੱਕਾ ਟਿੱਪਣੀ ਉਹਨਾਂ 'ਤੇ ਕੀਤੀ ਜਾਂਦੀ। ਤਰਨ ਚੁੱਗ ਨੇ ਕੋਈ ਨਵੀਂ ਭਾਸ਼ਾ ਯਾਦ ਨਹੀਂ ਕੀਤੀ ਜੀ, ਤੁਹਾਨੂੰ ਯਾਦ ਹੀ ਹੈ ਅਸੀਂ ਰੋਜ਼ ਗੱਲਾਂ ਕਰਦੇ ਹਾਂ, ਪੜ੍ਹਦੇ ਆਉਂਦੇ ਹਾਂ, ਸੁਣਦੇ ਆਉਂਦੇ ਹਾਂ ਕਿ ਇਹਦੇ ਕੁਝ ਬੜਬੋਲੇ ਜਿਹੜੇ ਆਗੂ ਹੈ ਜਾਂ ਕੁਝ ਮੰਤਰੀ ਵੀ ਹੈ, ਕੁਝ ਐਮ ਪੀ ਹੈਗੇ ਆ, ਕੁਝ ਵਿਧਾਇਕ ਹੈਗੇ ਆ ਜਿਹੜੇ ਫਤਵੇ ਜਾਰੀ ਕਰਦੇ ਆ, ਔਰ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੁੰਦਾ ਉਹਦੀ ਆਲੋਚਨਾ ਕਰਦਾ ਆ, ਉਹਦੇ ਖਿਲਾਫ਼ ਇਹ ਫਤਵੇ ਜਾਰੀ ਕਰਦੇ ਆ, ਔਰ ਫਤਵਾ ਵੀ ਸਿੱਧਾ ਇਹ ਹੁੰਦਾ ਹੈ ਕਿ ਤੁਸੀਂ ਪਾਕਿਸਤਾਨ ਚਲੇ ਜਾਓ, ਇਹਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ, ਇਹਨੂੰ ਦੇਸ਼ 'ਚੋਂ ਕੱਢ ਦੇਣਾ ਚਾਹੀਦਾ, ਦੇਸ਼ ਧਰੋਹੀ ਘੋਸ਼ਿਤ ਕਰ ਦਿੰਦੇ ਆ। ਔਰ ਨਵਜੋਤ ਸਿੰਘ ਸਿੱਧੂ ਨੇ ਤਾਂ ਬਿਲਕੁਲ ਇਹਨਾਂ ਦੀ ਛਾਤੀ ਦੇ ਉੱਤੇ ਰਿੰਗਿਆ ਆ, ਜੇ ਮੈਂ ਕਹਾਂ ਤਾਂ ਜਿਵੇਂ ਉਹ ਬੰਦਾ, ਦੇਖੋ ਤੁਸੀਂ ਇਹ ਇੱਕ ਬੜਾ ਵੱਡਾ ਮਸਲਾ ਸੀ, ਇਹ ਦੋ ਦੇਸ਼ਾਂ ਦੇ ਨਾਲ ਹੀ ਨਹੀਂ ਜੁੜਿਆ ਹੋਇਆ ਸੀ ਬਲਕਿ ਦੋ ਭਾਈਚਾਰਿਆਂ ਨਾਲ ਜੁੜਿਆ ਹੋਇਆ ਸੀ। ਦੋ ਭਾਈਚਾਰੇ ਕਿਹੜੇ ਆ ਆਪਾਂ ਗੱਲ ਕਰੀਏ ਤਾਂ, ਜੇ ਤੁਸੀਂ ਪਾਕਿਸਤਾਨੀ ਪੰਜਾਬ ਦੇ ਲੋਕਾਂ ਨੂੰ ਮਿਲੋ, ਉਹਨਾਂ ਨਾਲ ਗੱਲਾਂ ਕਰੋ, ਤਾਂ ਤੁਹਾਨੂੰ ਇਹ ਲੱਗਦਾ ਹੀ ਨਹੀਂ ਕਿ ਤੁਸੀਂ ਕਿਸੇ ਹੋਰ ਦੇਸ਼ ਦੇ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ। ਉਹਨਾਂ ਦੇ ਤਾਨੇ, ਉਹਨਾਂ ਦੇ ਮਿਹਣੇ, ਉਹਨਾਂ ਦੀਆਂ ਬੋਲੀਆਂ, ਉਹਨਾਂ ਦੀਆਂ ਗਾਲਾਂ, ਉਹਨਾਂ ਦੇ ਗੀਤ ਅਤੇ ਸਾਡੀਆਂ ਬੋਲੀਆਂ, ਸਾਡੇ ਗੀਤ, ਸਾਡੇ ਲੋਕਾਂ ਦੀ ਗਾਲਾਂ, ਸਾਰਾ ਕੁਝ ਇੱਕੋ ਜਿਹਾ ਆ, ਕੋਈ ਫਰਕ ਹੀ ਹੈ ਨਹੀਂ ਸਿਵਾਏ ਇਹਦੇ ਕਿ ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਹਿੰਦੂ ਹਾਂ, ਇਹਦੇ ਤੋਂ ਇਲਾਵਾ ਕੋਈ ਫਰਕ ਨਹੀਂ ਹੈਗਾ। ਇੱਕੋ ਹੀ ਸੀਗੇ ਸਰ, ਇੱਕ ਲਕੀਰ ਖਿੱਚਣ ਨਾਲ, ਲਕੀਰ ਖਿੱਚਣ ਨਾਲ ਦੋ ਦੇਸ਼ ਬਣ ਗਏ, ਠੀਕ ਹੈ ਨਾ, ਔਰ ਦੋ ਪੰਜਾਬ ਵੰਡੇ ਗਏ। ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਵੀ ਦੇਸ਼ਾਂ ਦੀ ਵੰਡ ਨਹੀਂ ਹੋਈ, ਦੋ ਜਿਹੜੇ ਭਾਈਚਾਰੇ ਸੀ ਉਹਨਾਂ ਦੀ ਵੰਡ ਹੋਈ ਹੈ। ਤੁਸੀਂ ਦੇਖੋ ਵੀ ਸਿੱਧੂ ਨੇ ਕੀ ਮਾੜਾ ਕੀਤਾ ਜੀ, ਸਾਰੀ ਉਮਰ ਹੋ ਗਈ, ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਆ ਉਹ ਮੰਗ ਕਰਦੇ ਆ ਰਹੇ ਸੀ, ਕਾਂਗਰਸ ਦੇ ਬੜੇ ਵੱਡੇ ਵੱਡੇ ਲੀਡਰ ਜਿਹੜੇ ਸਿੱਖ ਸੀ ਉਹ ਮੰਗ ਕਰਦੇ ਆ ਰਹੇ ਸੀ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਜਾਵੇ, ਅਸੀਂ ਉੱਥੇ ਦਰਸ਼ਨ ਕਰਨੇ ਆ, ਅਸੀਂ ਬਾਬੇ ਦੀ ਜਿਹੜੀ ਪੈਰਾਂ ਦੇ ਥੱਲੇ ਜਿਹੜੀ ਜ਼ਮੀਨ ਰਹੀ ਹੈ ਅਸੀਂ ਉਹਦੇ ਦਰਸ਼ਨ ਕਰਨੇ ਆ। ਮੈਂ ਤਾਂ ਸਮਝਦਾ ਹਾਂ ਵੀ ਸਾਰੀ ਬਾਬੇ ਦੀ ਜ਼ਮੀਨ ਆ, ਕੋਈ ਫਰਕ ਹੀ ਹੈ ਨਹੀਂ, ਪਰ ਫਿਰ ਵੀ ਚਲੋ ਜਿੱਥੇ ਬਾਬਾ ਜੀ ਰਹੇ ਆ ਉਹ ਇੱਕ ਇਤਿਹਾਸਿਕ ਜਗ੍ਹਾ ਹੈਗੀ ਆ, ਉਹਦੇ ਪ੍ਰਤੀ ਸ਼ਰਧਾ ਹੈ, ਇਹ ਅੱਛੀ ਗੱਲ ਹੈ। ਔਰ ਉਹਨੂੰ ਖੋਲ੍ਹਣ ਵਾਸਤੇ ਹਰੇਕ ਜਿਹੜਾ ਵੱਡਾ ਚੰਗਾ ਇੱਕ ਲੀਡਰ ਜਿਹੜਾ ਹੈਗਾ ਉਹ ਯਤਨ ਕਰਦਾ ਰਿਹਾ ਆ, ਔਰ ਉਹਨਾਂ ਦੇ ਯਤਨ ਸਿਰੇ ਨਹੀਂ ਚੜ੍ਹੇ। ਹੁਣ ਜਦੋਂ ਉੱਥੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਆ, ਉਹ ਕ੍ਰਿਕੇਟਰ ਹੈਗੇ ਸੀ, ਕ੍ਰਿਕਟ ਦੇ ਵੱਡੇ ਖਿਲਾੜੀ ਸੀ, ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਕ੍ਰਿਕਟ ਖੇਡੇ ਹੋਏ ਆ, ਉਹਨਾਂ ਦੇ ਆਪਸ 'ਚ ਦੋਸਤੀ ਸੀ, ਉਹਨਾਂ ਨੇ ਕੋਈ ਸਲਾਹ ਮਸ਼ਵਰਾ ਕੀਤਾ ਹੋਣਾ ਵੀ ਯਾਰ ਇਹਨਾਂ ਦੋਨਾਂ ਮੁਲਕਾਂ ਨੂੰ ਨੇੜੇ ਲਿਆਉਣ ਵਾਸਤੇ ਆਹ ਬੜਾ ਵੱਡਾ ਉਪਰਾਲਾ ਆ, ਜੇ ਆਪਾਂ ਕਰ ਦਈਏ ਤਾਂ। ਇਮਰਾਨ ਖਾਨ ਦੇ ਕੋਲ ਖਿਲਾੜੀਆਂ 'ਚ ਇੱਕ ਖਾਸੀਅਤ ਹੁੰਦੀ ਹੈ, ਲੱਖ ਮਾੜੇ ਹੋਣ ਪਰ ਉਹਨਾਂ ਵਿੱਚ ਜਿਹੜੀ ਸਪਿਰਿਟ ਹੈ, ਜਿਹੜਾ ਆਪਸੀ ਸਦਭਾਵਨਾ ਜਿਹੜੀ ਬਣਾਉਣ ਦਾ ਇੱਕ ਜਿਹੜਾ ਅੰਦਰ ਉਹਨਾਂ ਦੇ ਜ਼ਰੀਆ ਹੈ, ਉਹ ਖਿਲਾੜੀ ਦੇ ਅੰਦਰ ਹੁੰਦਾ ਆ। ਬਿਲਕੁਲ ਸਰ। ਸੋ ਇਹਨਾਂ ਦੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਲਾਜ਼ਮੀ ਤੌਰ 'ਤੇ ਹੋਈ ਹੋਣੀ ਹੈ, ਸਿੱਧੂ ਨੇ ਸਲਾਹ ਦਿੱਤੀ ਹੋਣੀ ਹੈ ਕਿ ਇੱਦਾਂ ਦਾ ਕਰਕੇ ਯਾਰ ਆਪਾਂ ਕੰਮ ਕਰ ਸਕਦੇ ਹਾਂ। ਔਰ ਇਮਰਾਨ ਖਾਨ ਨੂੰ ਵੀ ਇਹ ਕੰਮ ਚੰਗਾ ਲੱਗਿਆ ਹੋਣਾ, ਕਿਉਂਕਿ ਜਦੋਂ ਇਮਰਾਨ ਖਾਨ ਨੇ ਹਲਫ ਲਿਆ ਸੀ ਉਦੋਂ ਇਮਰਾਨ ਖਾਨ ਨੇ ਇਹ ਬਿਆਨ ਦਿੱਤਾ ਸੀ ਕਿ ਪੁਰਾਣੀਆਂ ਗੱਲਾਂ ਛੱਡ ਕੇ ਅਸੀਂ ਭਾਰਤ ਨਾਲ ਦੋਸਤੀ ਕਰਾਂਗੇ, ਅਸੀਂ ਭਾਰਤ ਨਾਲ ਸਾਂਝ ਪਾਵਾਂਗੇ, ਅਸੀਂ ਦੁਸ਼ਮਣੀਆਂ ਜਿਹੜੀਆਂ ਉਹ ਨਹੀਂ, ਬਿਲਕੁਲ ਮੈਂ ਦੁਸ਼ਮਣੀ ਨਹੀਂ ਚਾਹੁੰਦਾ, ਅਸੀਂ ਦੁਸ਼ਮਣੀ ਦਾ ਮਾਹੌਲ ਖਤਮ ਕਰਕੇ ਅਸੀਂ ਸਦਭਾਵਨਾ ਦਾ ਮਾਹੌਲ ਸਿਰਜਾਂਗੇ। ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਸੀ, ਔਰ ਉਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੱਦਾ ਵੀ ਦਿੱਤਾ ਸੀ ਆਪਣੇ ਹਲਫਨਾਮੇ ਦੇ ਉਸ ਪ੍ਰੋਗਰਾਮ ਦੇ ਵਿੱਚ, ਪਰ ਉਦੋਂ ਇਹ ਮੋਦੀ ਸਾਹਿਬ ਨਹੀਂ ਜਾ ਸਕੇ ਸੀ ਉੱਥੇ, ਨਹੀਂ ਗਏ ਕਈ ਕਾਰਨਾਂ ਕਰਕੇ, ਇਹਨਾਂ ਦੀ ਆਪਣੀ ਇੱਕ ਨੀਤੀ ਸੀ। ਸੋ ਇਹਨਾਂ ਦੋਨਾਂ ਨੇ ਰਲ ਕੇ ਇਸ ਕੰਮ ਨੂੰ ਜਿਹੜਾ ਸਿਰੇ ਚੜ੍ਹਾਇਆ। ਹੁਣ ਮਸਲਾ ਇਸ ਗੱਲ ਦਾ ਹੈਗਾ ਵੀ ਚਲੋ ਤਰਨ ਚੁੱਗ ਨੇ ਤਾਂ ਕਹਿਣਾ ਹੀ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਹੈ, ਇੱਥੇ ਤਾਂ ਆਪਦਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਆ ਅਮਰਿੰਦਰ ਸਿੰਘ ਉਹ ਹੀ ਨਹੀਂ ਬਰਦਾਸ਼ਤ ਕਰ ਰਿਹਾ, ਉਹ ਹੀ ਸਿੱਧੂ ਨੂੰ ਨਿਤ ਨਵੀਆਂ ਸਲਾਹਾਂ ਦੇਈ ਜਾ ਰਿਹਾ ਆ
ਇੱਕ ਜਿਹੜਾ ਮੰਤਰੀ ਰੇਲਵੇ ਮੰਤਰੀ ਰਸ਼ਦ ਜਿਹੜਾ ਉਹਨਾਂ ਦਾ ਹੈਗਾ ਪਾਕਿਸਤਾਨ ਦਾ ਸਿਰ ਫਿਰਿਆ ਜਾ, ਉਹ ਵੀ ਕਈ ਵਾਰ ਇਹੋ ਜਿਹੀ ਗੱਲਾਂ ਕਰ ਦਿੰਦਾ ਹੈ, ਉਹਦੇ ਇੱਕ ਬਿਆਨ ਦੇ ਉੱਤੇ ਇਹਨੇ ਰੌਲਾ ਪਾਇਆ ਹੋਇਆ, ਉਹਦੇ ਬਿਆਨ ਦਾ ਕੋਈ ਵਜਨ ਨਹੀਂ ਹੈਗਾ, ਬਿਲਕੁਲ ਬਕਵਾਸ ਆ। ਉਹਦੇ ਬਿਆਨ ਨੂੰ ਉਹੀ ਨਹੀਂ ਸੀਰੀਅਸਲੀ ਲੈਂਦੇ ਤੇ ਇੱਥੇ ਬਹੁਤ ਜ਼ਿਆਦਾ ਸੀਰੀਅਸਲੀ। ਮੈਂ ਇਹ ਗੱਲ ਕਹਿਣਾ ਜੀ, ਜੇ ਅਸੀਂ ਉਹਦੇ ਬਿਆਨ ਨੂੰ ਸੱਚ ਮੰਨ ਲਈਏ ਵੀ ਇੱਦਾਂ ਦੀ ਕੋਈ ਨੀਤੀ ਹੈਗੀ ਹੈ, ਤਾਂ ਭਾਰਤ ਸਰਕਾਰ ਫਿਰ ਐਡੀ ਕਮਜ਼ੋਰ ਆ ਵੀ ਸਿਰਫ ਉਹਨੂੰ ਬਾਜਵੇ ਨੂੰ ਜੋ ਚਾਹੇਗਾ ਕਰਨ ਦੇਗੀ। ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ, ਅਤੇ ਨਾ ਹੀ ਕੋਈ ਸਿੱਖ ਦੇਸ਼ ਧਰੋਹੀ ਨੇ, ਠੀਕ ਹੈ ਨਾ, ਵੀ ਜਾ ਕੇ ਪਾਕਿਸਤਾਨ ਦੇ ਨਾਲ ਮਿਲ ਜਾਣਗੇ ਹਿੰਦੁਸਤਾਨ ਦੇ ਖਿਲਾਫ, ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ। ਉਹਨਾਂ ਦੀ ਇੱਕ ਸ਼ਰਧਾ ਆ, ਇੱਕ ਧਾਰਮਿਕ ਸਥਾਨ ਆ, ਉਹਦੇ ਪ੍ਰਤੀ ਸਿੱਖਾਂ ਦੀ ਸ਼ਰਧਾ ਹੈ। ਸਿੱਖਾਂ ਵਰਗਾ ਦੇਸ਼ ਪ੍ਰੇਮੀ ਕੋਈ ਹੋ ਹੀ ਨਹੀਂ ਸਕਦਾ। ਇਹਨਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀ ਦਿੱਤੀ ਆ ਸਿੱਖਾਂ ਨੇ, ਔਰ ਅੱਜ ਵੀ ਦੇ ਰਹੇ ਆ। ਤਾਂ ਤੁਸੀਂ ਹਾਲੇ ਵੀ ਸ਼ੱਕ ਜ਼ਾਹਰ ਕਰੀ ਜਾਂਦੇ ਹੋ, ਤੁਸੀਂ ਹਾਲੇ ਵੀ ਕਹਿੰਦੇ ਹੋ ਕਿ ਸਿੱਧੂ ਨੇ ਸਿੱਖਾਂ ਨੂੰ ਤਾਂ ਮੁਸਲਮਾਨਾਂ ਨੂੰ ਨੇੜੇ ਲਿਆ ਦਿੱਤਾ ਜੀ, ਕਿਉਂਕਿ ਇਹ ਬਹੁਤ ਹੀ ਨੈਚੁਰਲ ਜੀ ਗੱਲ ਹੈ। ਇੱਥੇ ਵੀ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਲੀਡਰ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਿ ਨਹੀਂ ਚਾਹੁੰਦੇ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਜਿਹੜੇ ਆ ਉਹ ਸੁਖਾਲੇ ਹੋਣ, ਉਸੇ ਤਰ੍ਹਾਂ ਉੱਥੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਹੜੇ ਨਹੀਂ ਚਾਹੁੰਦੇ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਜਿਹੜੇ ਉਹ ਵਧੀਆ ਹੋਣ, ਔਰ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਉਹ ਕਰਦੇ ਨੇ। ਭਾਰਤੀ ਜਨਤਾ ਪਾਰਟੀ ਵਰਗੇ ਉੱਧਰ ਵੀ ਬੰਦੇ ਹੈਗੇ ਆ, ਠੀਕ ਹੈ ਨਾ, ਪਰ ਇਹ ਪੱਕੀ ਗੱਲ ਹੈਗੀ ਆਮ ਲੋਕ ਚਾਹੁੰਦੇ, ਆਮ ਲੋਕ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ, ਹਿੰਦੁਸਤਾਨ ਦੇ ਵਿੱਚ ਆਉਂਦੇ ਆ, ਆਮ ਲੋਕ ਉੱਥੋਂ ਪਾਕਿਸਤਾਨ ਦੇ ਵਿੱਚ ਆਉਂਦੇ ਆ। ਜਿਹੜੇ ਬੰਦੇ ਗਏ ਸੀ ਪਾਕਿਸਤਾਨ ਇਹਨਾਂ ਦਿਨਾਂ ਦੌਰਾਨ, ਉਹ ਆ ਕੇ ਦੱਸਦੇ ਆ ਕਿ ਕਿਵੇਂ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ, ਕਿਵੇਂ ਉਹ ਸਾਡੇ ਗੱਲ ਲੱਗੇ। ਆਮ ਲੋਕਾਂ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਭਾਵਨਾ ਹੈ ਨਹੀਂ ਨਾ ਕਿ ਅਸੀਂ ਕੀ ਹਿੰਦੁਸਤਾਨ ਤੋਂ ਬਦਲਾ ਲੈਣਾ ਇਸ ਕਰਕੇ ਸਿੱਖਾਂ ਨੂੰ ਨਾਲ ਲਾ ਰਹੇ ਹਾਂ। ਨਾਲੇ ਕੀ ਤੁਸੀਂ ਸਿੱਖਾਂ ਦੀ ਨੀਤ 'ਤੇ ਸ਼ੱਕ ਕਰ ਰਹੇ ਹੋ ਕਿ ਸਿੱਖ ਦੇਸ਼ ਧਰੋਹੀ ਨੇ, ਕਿ ਸਿੱਖ ਜਿਹੜੇ ਹੈਗੇ ਆ ਉਹ ਹਿੰਦੁਸਤਾਨ ਨੂੰ ਪਾਕਿਸਤਾਨ ਦੇ ਕੋਲ ਗਹਿਣੇ ਰੱਖ ਦੇਣਗੇ? ਇਹ ਵੈਸੇ ਹੀ ਸ਼ਰਮਨਾਕ ਸੋਚ ਆ, ਇਹ ਵੈਸੇ ਹੀ ਗਲਤ ਸੋਚ ਹੈਗੀ ਹੈ। ਅਸੀਂ ਨਾ ਤਰਨ ਚੁੱਗ ਨੂੰ ਇਸ ਤਰ੍ਹਾਂ ਦੀ ਸੋਚਦੇ ਸੀ, ਜੇ ਤਰਨ ਚੁੱਗ ਇੱਦਾਂ ਦੀਆਂ ਗੱਲਾਂ ਕਰੇਗਾ ਸਾਰੇ ਪੰਜਾਬ ਨੂੰ ਵਿਰੋਧ ਕਰਨਾ ਚਾਹੀਦਾ, ਸਿਰਫ ਇਸ ਕਰਕੇ ਨਹੀਂ ਵੀ ਕਾਂਗਰਸ ਚੁੱਪ ਰਹਿਣ ਅਤੇ ਦੂਜੇ ਚੁੱਪ ਰਹਿਣ ਵੀ ਨਵਜੋਤ ਸਿੰਘ ਸਿੱਧੂ ਨੂੰ ਕਹਿ ਰਿਹਾ, ਉਹ ਸਾਰੇ ਸਿੱਖਾਂ ਨੂੰ ਕਹਿ ਰਿਹਾ ਇਸ ਬਹਾਨੇ, ਔਰ ਇਹਦਾ ਵਿਰੋਧ ਡਟ ਕੇ ਕਰਨਾ ਚਾਹੀਦਾ ਸਾਰਿਆਂ ਨੂੰ। ਇਸ ਤਰ੍ਹਾਂ ਤਰਨ ਚੁੱਗ ਨੂੰ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸਿੱਧੂ ਦੇ ਖਿਲਾਫ ਬਿਆਨਬਾਜ਼ੀ ਤੋਂ ਰੋਕਣ ਦੀ ਲੋੜ ਹੈਗੀ ਹੈ, ਇਹਨੂੰ ਉਤਸ਼ਾਹਿਤ ਕਰਨ ਦੀ ਲੋੜ ਨਹੀਂ ਹੈਗੀ। ਬਿਲਕੁਲ, ਇੱਕ ਚੰਗੇ ਉਪਰਾਲੇ ਦਾ ਤੁਸੀਂ ਧੰਨਵਾਦ ਤਾਂ ਕੀ ਕਰਨਾ, ਬਲਕਿ ਉਸੇ ਨੂੰ ਤੁਸੀਂ ਦੇਸ਼ ਧਰੋਹੀ ਸਿੱਧੇ ਸ਼ਬਦਾਂ 'ਤੇ ਨਾ ਕਹਿ ਕੇ ਬਲਕਿ ਕੁਛ ਉਸੇ ਤਰ੍ਹਾਂ ਦਾ ਕਹਿ ਰਹੇ ਹੋ ਉਸਨੂੰ ਵੀ ਉਸਨੇ ਕੀ ਪਤਾ ਨਹੀਂ ਇੰਨਾ ਮਾੜਾ ਕਾਰਾ ਕਰਤਾ ਵੀ ਜਿਸ ਨੂੰ ਲੈ ਕੇ ਤੁਸੀਂ ਲਗਾਤਾਰ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਉਹ ਦੇ ਰਹੇ ਹੋ ਜੋ ਕਿ ਸ਼ੋਭਾ ਵੀ ਨਹੀਂ ਦਿੰਦੀ ਕੋਈ ਚੰਗੇ ਉਹਦੇ ਤੋਂ। ਮੈਂ ਤਾਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਕਹਿ ਰਹੇ ਆ, ਅਲਟੀਮੇਟਲੀ ਉਹੀ ਹੈ ਸਰ। ਹਾਂ ਬਿਲਕੁਲ ਠੀਕ ਹੈ, ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜੋ ਕੰਮ ਕੀਤਾ ਉਹ ਸਾਡੇ ਸਿੱਖਾਂ ਵੱਲੋਂ ਜਾਂ ਸਾਡੇ ਵੱਲੋਂ ਬਹੁਤ ਹੀ ਸਰਾਹਿਆ ਗਿਆ, ਔਰ ਕੰਮ ਹੈ ਵੀ ਸਰਾਹਣਯੋਗ ਸੀਗਾ ਉਹ, ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਨਾਲ ਲਗਾਤਾਰ ਉਸਨੂੰ ਰਾਜਨੀਤੀ ਦੇ ਘੇਰੇ ਵਿੱਚ ਲੈ ਕੇ ਆਉਣਾ, ਉਲਟੀ ਸੁਲਟੀ ਗੱਲਾਂ ਕਰਨੀਆਂ, ਇਹ ਸਿਰਫ ਅਤੇ ਸਿਰਫ ਇਹੀ ਸੋਚ ਹੈਗੀ ਹੈ ਕਿ ਤੁਸੀਂ ਫਿਰ ਤੋਂ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਹੋ, ਤੁਸੀਂ ਫਿਰ ਤੋਂ ਉਹੀ ਮਾਹੌਲ ਬਣਾਉਣਾ ਚਾਹੁੰਦੇ ਹੋ ਜਿਹੜਾ ਪਹਿਲਾਂ ਸੀਗਾ। ਬਿਲਕੁਲ ਠੀਕ ਗੱਲ ਹੈ ਜੀ, ਬਿਲਕੁਲ ਠੀਕ ਹੈ ਜੀ। ਹੁਣ ਗੱਲ ਕਰਾਂਗੇ ਆਪਣੇ ਪੰਜਾਬ ਦੀ, ਇੱਥੇ ਕੀ ਹੈ ਕਿ ਸਰ ਮਲੋਟ ਦੇ ਵਿੱਚ ਗੈਂਗਵਾਰ ਵਿੱਚ ਇੱਕ ਨੌਜਵਾਨ ਜਿਹੜਾ ਉਹ ਹਲਾਕ ਹੋ ਗਿਆ, ਇੱਕ ਜ਼ਖਮੀ ਹੋ ਗਿਆ। ਗੈਂਗਵਾਰ ਜਿਵੇਂ ਕਿ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਕਿ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਅਕਸਰ ਹੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ, ਉਸ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਰੇਆਮ ਧੱਜੀਆਂ ਜਿਹੜੀਆਂ ਉਹ ਉੱਡਦੀਆਂ ਨੇ। ਲੋਕਾਂ ਨੂੰ ਜਾਂ ਕਿਸੇ ਨੂੰ ਵੀ ਉੱਥੇ ਡਰ ਜ਼ਰਾ ਵੀ ਹੈ ਨਹੀਂ, ਕਿਉਂਕਿ ਉਸ ਤਰ੍ਹਾਂ ਦੀ ਸ਼ਾਇਦ ਉੱਥੇ ਕਾਰਵਾਈ ਨਹੀਂ ਹੁੰਦੀ, ਉਸ ਤਰ੍ਹਾਂ ਦੀ ਸਖਤੀ ਉੱਥੇ ਨਹੀਂ ਵਰਤੀ ਜਾਂਦੀ ਕਿ ਲੋਕ ਇਸ ਤਰ੍ਹਾਂ ਦੇ ਨਾਲ ਧੜੱਲੇ ਨਾਲ ਗੋਲੀਆਂ ਚਲਾਏ ਕਿਸੇ ਦੇ ਉੱਪਰ। ਦੇਖੋ ਤੁਸੀਂ, ਮਾੜੀ ਗੱਲ ਇਹ ਹੈਗੀ ਜਿਹੜੇ ਪੰਜਾਬ ਦੇ ਨੌਜਵਾਨ ਆ, ਪਹਿਲਾਂ ਉਹਨਾਂ ਨੂੰ ਗੈਂਗਸਟਰ ਬਣਾਇਆ ਜਾਂਦਾ ਆ, ਫਿਰ ਉਹਨਾਂ ਨੂੰ ਮੁਕਾਬਲੇ 'ਚ ਮਾਰਿਆ ਜਾਂਦਾ ਆ, ਜਾਂ ਫਿਰ ਉਹਨਾਂ ਨੂੰ ਆਪਸ 'ਚ ਲੜ ਕੇ ਉਹ ਮਰ ਜਾਂਦੇ ਆ। ਪੰਜਾਬ ਦੇ ਨੌਜਵਾਨ ਕਿੱਧਰ ਨੂੰ ਤੁਰੇ ਹੋਏ ਆ? ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਆ, ਚਿੰਤਾ ਦਾ ਵਿਸ਼ਾ ਇਹ ਨਹੀਂ ਕਿ ਪੰਜਾਬ 'ਚ ਜੀ ਗੈਂਗਸਟਰ ਪੈਦਾ ਹੋਏ ਆ, ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਜਾਬ ਦੀ ਜਿਹੜੀ ਪੋਟੈਂਸ਼ੀਅਲ, ਜਿਹੜੀ ਪੰਜਾਬ ਦੀ ਤਾਕਤ ਹੈ, ਜਿਹੜੀ ਜਵਾਨੀ ਨੇ ਪੰਜਾਬ ਲਈ ਕੁਝ ਕਰਨਾ ਸੀ, ਉਹਨਾਂ ਨੂੰ ਕਿੱਧਰ ਨੂੰ ਤੁਰਿਆ ਜਾ ਰਿਹਾ ਆ? ਉਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾਏ ਜਾ ਰਹੇ ਆ, ਉਹਨਾਂ ਨੂੰ ਪੁੱਠੇ ਰਾਹਾਂ 'ਤੇ ਪਾਇਆ ਜਾ ਰਿਹਾ ਆ, ਉਹਨਾਂ ਨੂੰ ਨਸ਼ਿਆਂ 'ਚ ਵਾੜਿਆ ਜਾ ਰਿਹਾ ਆ, ਹਰ ਤਰ੍ਹਾਂ ਨਾਲ ਉਹਨਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਉਹਨਾਂ ਦੇ ਦਿਮਾਗ ਸੁੰਨ ਕੀਤੇ ਜਾ ਰਹੇ ਆ, ਉਹਨਾਂ ਦੀ ਸੋਚਣ ਸ਼ਕਤੀ ਖੋਈ ਜਾ ਰਹੀ ਹੈ। ਇਹ ਵੱਡੀ ਚਿੰਤਾ ਦਾ ਵਿਸ਼ਾ ਆ, ਔਰ ਇਹਦੇ ਵਿੱਚ ਸਿੱਧੇ ਸਿੱਧੇ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਕਈ ਜਿਹੜੇ ਆਗੂ ਹੈਗੇ ਆ ਉਹ ਜ਼ਿੰਮੇਵਾਰ ਨੇ। ਮਿਸਾਲ ਦੇ ਤੌਰ 'ਤੇ ਅੱਜ ਜਿਹੜੀ ਕਿ ਕੱਲ੍ਹ ਹਾਲੇ ਖਬਰ ਬਣਨੀ ਹੈ, ਜਿਹੜੀ ਅਸੀਂ ਕੱਲ੍ਹ ਫਿਰ ਗੱਲ ਕਰਾਂਗੇ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੇ ਗਵਰਨਰ ਨੂੰ ਇੱਕ ਮੰਗ ਪੱਤਰ ਦਿੱਤਾ ਆ, ਜਿਹਦੇ ਵਿੱਚ ਗੈਂਗਸਟਰਾਂ ਦਾ ਮਾਮਲਾ ਉਠਾਇਆ ਗਿਆ, ਔਰ ਇਹ ਦੋਸ਼ ਲਾਇਆ ਗਿਆ ਕਿ ਕਾਂਗਰਸ ਦਾ ਇੱਕ ਮੰਤਰੀ, ਜਿਹੜਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆ, ਵੀ ਉਹਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਆ। ਉਹ ਜਿਹੜਾ ਇਹਨਾਂ ਦਾ ਇੱਕ ਜਿਹੜਾ ਆਗੂ ਮਾਰਿਆ ਗਿਆ ਆ ਅੰਮ੍ਰਿਤ
ਸੋ ਇਹ ਇਹਦਾ ਮਤਲਬ ਇਹ ਹੈਗਾ ਕਿ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਅਕਾਲੀ ਦਲ ਦੇ ਇੱਕ ਕੈਬਨਿਟ ਮੰਤਰੀ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਸੀ ਕਿ ਜੀ ਇਹਨੇ ਗੈਂਗਸਟਰ ਪੈਦਾ ਕੀਤੇ ਔਰ ਗੈਂਗਸਟਰ ਐਕਸ ਗੈਂਗਸਟਰ ਨੇ ਲਾਏ ਸੀ ਜੀ ਜੀ ਜਿਹੜਾ ਕਿ ਗੈਂਗਸਟਰ ਦਾ ਉਹ ਛੱਡ ਚੁੱਕਿਆ ਸੀ ਧੰਦਾ ਉਹਨੇ ਦੋਸ਼ ਲਾਇਆ ਸੀ ਉਹਨੇ ਕਿਹਾ ਸੀ ਕਿ ਮੈਨੂੰ ਫਲਾਣੇ ਮੰਤਰੀ ਨੇ ਜਿਹੜਾ ਉਹ ਤਿਆਰ ਕੀਤਾ ਅਤੇ ਉਹਨੇ ਹੀ ਸਾਰਾ ਕੁਛ ਕੀਤਾ ਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਤਬਾਹ ਕੀਤੀ ਜਾ ਰਹੀ ਹੈ ਸੋ ਚਿੰਤਾ ਦਾ ਵਿਸ਼ਾ ਹੈ ਗੱਲ ਇਹ ਨਹੀਂ ਕਿ ਸਰਕਾਰ ਉਹਨਾਂ 'ਤੇ ਕਾਬੂ ਪਾਏ ਸਰਕਾਰ ਉਹਨਾਂ ਨੂੰ ਮਾਰੇ ਸਰਕਾਰ ਤਾਂ ਰੋਜ਼ ਦਾਅਵੇ ਕਰ ਰਹੀ ਵੀ ਇੰਨੇ ਗੈਂਗਸਟਰ ਮਾਰਤੇ ਇੰਨੇ ਜੇਲ੍ਹਾਂ 'ਚ ਪਾਤੇ ਇਹ ਹੱਲ ਨਹੀਂ ਹੈਗਾ ਹੱਲ ਇਹ ਆ ਕਿ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਉਹਨਾਂ ਨੂੰ ਰੁਜ਼ਗਾਰ ਦਿੱਤੇ ਜਾਣ ਉਹਨਾਂ ਨੂੰ ਇੱਕ ਚੰਗੀ ਜਿਹੜੀ ਹੈਗੀ ਦਿਸ਼ਾ ਦਿੱਤੀ ਜਾਏ ਤਾਂ ਕਿ ਉਹ ਹਥਿਆਰ ਚੱਕਣ ਦੀ ਥਾਂ 'ਤੇ ਉਹ ਚੰਗੇ ਕਾਰਜਾਂ 'ਚ ਲੱਗਣ ਬਿਲਕੁਲ ਇੱਥੇ ਨੌਜਵਾਨਾਂ ਨੂੰ ਵੀ ਖੁਦ ਸੋਚਣ ਦੀ ਲੋੜ ਹੈਗੀ ਹੈ ਕਿ ਇਹਨਾਂ ਕੰਮਾਂ 'ਚ ਕੁਛ ਵੀ ਨਹੀਂ ਰੱਖਿਆ ਸਰਕਾਰਾਂ ਨਹੀਂ ਮੰਨਦੀਆਂ ਨਹੀਂ ਕੁਛ ਕਰਦੀਆਂ ਤਾਂ ਉਹਨਾਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰੋ ਉਹਨਾਂ ਤੋਂ ਆਪਣੀ ਮੰਗਾਂ ਮਨਵਾਓ ਕਿਸੇ ਵੀ ਤਰ੍ਹਾਂ ਦੇ ਨਾਲ ਮਤਲਬ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਕੀ ਹੁੰਦਾ ਕਿ ਸਾਰੇ ਮਤਲਬ ਸੂਬੇ ਦਾ ਮਾਹੌਲ ਜਿਹੜਾ ਉਹ ਵਿਗੜਦਾ ਅਤੇ ਆਪਦਾ ਨੁਕਸਾਨ ਵੀ ਹੁੰਦਾ ਤਾਂ ਸਰ ਇਸੇ ਦੇ ਨਾਲ ਹੁਣ ਵੇਲਾ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਸੋ ਇਹ ਸੀਗੀਆਂ ਅੱਜ ਦੇ ਅਖਬਾਰਾਂ ਦੀਆਂ ਮੁੱਖ ਸੁਰਖੀਆਂ ਜਿਸ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਇਆ ਅਤੇ ਹੁਣ ਅਗਲੇ ਐਪੀਸੋਡ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ ਅਖਬਾਰਾਂ ਦੀਆਂ ਕੁਛ ਹੋਰ ਤਾਜ਼ਾ ਤਰੀਨ ਸੁਰਖੀਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਅਖਬਾਰ ਹਾਜ਼ਰ ਹੈ।